ਪਰ ਸਾਹਮਣੇ ਕਹਿੰਦੇ ਖਾੜਾ ਮਗਰੋੜ ਅਰਿੰਗ ਪਹਿਲਵਾਨ ਜੀ ਸਾਡੇ ਦੇ ਬਿਆਨ ਕੋ ਜੋ ਹਨ ਵਿਕੀ ਜੀਆ ਨੂੰ ਕਰਦੇ ਆ ਉਸ ਪਹਿਲਵਾਨ ਨੂੰ ਹਾਂਜੀ ਹਾਂਜੀ ਅਵਤਾਰ ਸਿੰਘ ਜੀ ਪੱਪੀ ਪ੍ਰਧਾਨ ਵਿਤਰਕ ਵਾਲੇ ਉਹਨਾਂ ਦੇ ਨਾਲ ਜਥੇਦਾਰ ਸ਼ੇਰ ਸਿੰਘ ਜੀ ਵਿਤਰਕ ਵਾਲੇ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਜੀ ਜੀ ਆਇਆਂ ਨੂੰ ਢੋਲੇ ਢੋਲੇ ਵੀ ਅਵਤਾਰ ਸਿੰਘ ਜੀ ਪੱਪੀ ਬਿੰਦਰਕ ਵਾਲੇ ਜਥੇਦਾਰ ਸ਼ੇਰ ਸਿੰਘ ਜੀ ਬਿੰਦਰਕ ਵਾਲੇ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਲਓ ਜੀ ਬਿੰਦਰਕ ਪੈਂਦੀ ਬੜਾ ਵੱਜਾ ਤੇ ਸਾਡੇ ਬੰਦੇ ਬਹੁਤ ਹੀ ਅਵਤਾਰ ਸਿੰਘ ਜੀ ਪੱਪੀ ਬਿੰਦਰਕ ਸਤਿਕਾਰਯੋਗ ਜਥੇਦਾਰ ਸ਼ੇਰ ਸਿੰਘ ਜੀ ਬਿੰਦਰਕ ਔਰ ਬਿੰਦਰਖੀਏ ਦਾ ਨਾਂ ਬਿੰਦਰਖੀਏ ਦੀ ਹੇਕ ਦੀਆਂ ਗੱਲਾਂ ਕਰੀਏ ਪਹਿਲਾਂ ਭਲਵਾਨੀ ਕੀਤੀ ਫਿਰ ਗਾਇਕੀ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਤੋਂ ਅੱਜ ਮੈਂ ਬਿੰਦਰਕ ਤੋਂ ਆਏ ਅਵਤਾਰ ਸਿੰਘ ਜੀ ਪੱਪੀ ਬਿੰਦਰਕ ਦਾ ਅਤੇ ਜਥੇਦਾਰ ਸ਼ੇਰ ਸਿੰਘ ਜੀ ਬਿੰਦਰਕ ਸਾਹਿਬ ਦਾ ਇੱਥੇ ਪਹੁੰਚਣ ਤੇ ਸਵਾਗਤ ਜੀ ਆਇਆਂ ਨੂੰ ਧੰਨਵਾਦ ਮਾਈਕ ਓਵਰ ਟੂ ਅਖਾੜਾ ਉਹਨਾਂ ਵੀ ਬਾਤ ਪੰਜ ਸਾਰੇ ਸਾਡੇ ਅੱਜ ਦੇ ਮੁੱਖ ਮਹਿਮਾਨਾਂ ਨੂੰ ਸਾਡਾ ਕਲੱਬ ਸਾਡੀ ਗ੍ਰਾਮ ਪੰਚਾਇਤ ਸਾਡੀ ਸਮੁੱਚੀ ਸਿੰਧ ਕਮੇਟੀ ਦੇਰੀਆਂ ਕਰ ਰਹੀਆਂ ਤਾਂ ਨਿੱਘੀ ਜੀਆਂ ਨੂੰ ਆਖਦੀ ਹੈ ਜਿਹੜੇ ਅੱਜ ਸਾਡੇ ਖੁਸ਼ੀ ਦੇ ਮਾਹੌਲ ਦੇ ਵਿੱਚ ਸਾਡੇ ਨਾਲ ਖੜੇ ਨੇ ਵੱਡੇ ਸਹਿਯੋਗ ਦਿੰਦੇ ਨੇ ਸਾਡੇ ਮੁੱਖ ਮਹਿਮਾਨ ਸਾਰਿਆਂ ਦਾ ਧੰਨਵਾਦ ਪਰ ਇੱਧਰ ਚੱਲਦੀਆਂ ਹੋਈਆਂ ਦੋ ਕੁਸ਼ਤੀਆਂ ਦੋਨੋਂ ਕੁਸ਼ਤੀਆਂ ਪੈ ਰਹੀਆਂ ਤੇ ਉਹ ਧਰਤੀ ਭਾਗਾਂ ਵਾਲੀ ਜਿੱਥੇ ਮੇਲੇ ਲੱਗਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਭਗ ਕਰਦੇ ਨੇ ਉਸ ਧਰਤੀ ਨੂੰ ਭਾਗ ਲੱਗ ਜਾਂਦੇ ਨੇ ਜਿੱਥੇ ਪਹਿਲਵਾਨਾਂ ਦੇ ਚਰਨ ਪੈ ਜਾਣ ਪਹਿਲਵਾਨਾਂ ਦੇ ਘੋਲ ਹੋ ਜਾਣ ਦਰਸ਼ਕੋ ਪਹਿਲਵਾਨ ਜਿਹੜੇ ਹੁੰਦੇ ਨੇ ਸਾਧ ਰੂਪ ਸਾਧ ਰੂਪ ਜਿਹੜੇ ਹੁੰਦੇ ਹਾਂਜੀ ਹੈਲੋ ਸਰਦਾਰ ਹਰਜੀਤ ਸਿੰਘ ਜੀ ਪਟਵਾਰੀ ਖੇਰੀ ਵਾਲੇ ਪਟਵਾਰੀ ਸਾਹਿਬ ਦਾ ਮਾਣ ਵੀ ਪਟਵਾਰੀ ਸਾਹਿਬ ਕਰਦੇ ਹਨ ਸਰਦਾਰ ਗੁਰਮੁਖ ਸਿੰਘ ਜੀ ਸਿੰਬਲ ਝੱਲੀਆਂ ਸਰਦਾਰ ਸੁਰਮੁਖ ਸਿੰਘ ਜੀ ਪਟਵਾਰੀ ਖੇੜੀ ਵਾਲੇ ਦਾ ਬਹੁਤ ਸਾਰਾ ਪਿਆਰ ਸਤਿਕਾਰ ਸਰਦਾਰ ਸੁਰਮੁਖ ਸਿੰਘ ਜੀ ਪਟਵਾਰੀ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਜੀ ਆਇਆਂ ਨੂੰ ਔਰ ਮੇਰਾ ਖਿਆਲ ਸਰਦਾਰ ਹਰਜੀਤ ਸਿੰਘ ਜੀ ਪਟਵਾਰੀ ਸਰਦਾਰ ਗੁਰਮੁਖ ਸਿੰਘ ਜੀ ਨੂੰ ਥੱਬਾ ਨੋਟਾਂ ਦਾ ਫੜਾ ਗਏ ਨੇ 2100 ਰੁਪਈਆ ਸਾਡੇ ਪਟਵਾਰੀ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਪਟਵਾਰੀ ਸਾਹਿਬ ਬਹੁਤ 1100 ਰੁਪਈਆ ਅਮਨ ਕਾਬੜਵਾਲ ਪ੍ਰਧਾਨ ABBP ਰੋਪੜ ਕਿਉਂਕਿ ਸਾਡੇ ਨੌਨੀ ਜੀ ਦੇ ਬੜੇ ਪਰਮ ਮਿੱਤਰ ਹਨ ਸਾਡੇ ਪ੍ਰਧਾਨ ਸਾਹਿਬ ਦੇ 1100 ਰੁਪਏ ਦਾ ਯੋਗਦਾਨ ਪਾਉਂਦੇ ਹਨ ਸਿੰਧ ਕਮੇਟੀ ਨੂੰ ਔਰ 2100 ਰੁਪਈਆ ਸਾਡੇ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ ਪਟਵਾਰੀ ਖੇੜੀ ਵਾਲੇ ਤੇ ਮਾਣ ਪਿਆਰ ਸਤਿਕਾਰ ਭੇਜਦੇ ਹਨ ਮੈਂ ਪਟਵਾਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਹਰਜੀਤ ਸਿੰਘ ਜੀ ਪਟਵਾਰੀ ਧੰਨਵਾਦ 2100 ਰੁਪਈਆ ਔਰ ਸਾਡੇ ਅਮਨ ਕਾਬੜਵਾਲ ਪ੍ਰਧਾਨ 1100 ਰੁਪਏ ਦਾ ਮਾਣ ਪਿਆਰ ਸਤਿਕਾਰ ਭੇਜਦੇ ਹਨ ਧੰਨਵਾਦ ਓਵਰ ਟੂ ਅਖਾੜਾ ਲਓ ਅਗਲੀ ਕੁਸ਼ਤੀ ਹੋਏਗੀ ਚੰਚਲ ਪਹਿਲਵਾਨ ਮੁੱਲਾਪੁਰ ਹਰਸ਼ ਪਹਿਲਵਾਨ ਲਖਮੀਪੁਰ ਇਹ ਪਹਿਲਵਾਨ ਛੋਟੀ ਜੋੜਦੇ ਨੇ ਤਿਆਰ ਵਗੈਰਾ ਹੋਦੇ ਨੇ ਪਹਿਲਵਾਨ ਬੜੀਆਂ ਪਿਆਰੀਆਂ ਕੁਸ਼ਤੀਆਂ ਇੱਧਰ ਮਗਰੋੜ ਵਾਲਾ ਪਹਿਲਵਾਨ ਉੱਪਰਲੇ ਪਾਸੇ ਹੈ ਗੁਰਜੀਤ ਨਾਏ ਕਹਿੰਦੇ ਹੇਠਲੇ ਪਾਸੇ ਲਾਲੀ ਇੱਕੋ ਜੀ ਉਮਰ ਦਾ ਨੇ ਪਹਿਲਵਾਨਾਂ ਦੀ ਬਾਕੀ ਚੜ੍ਹਦੀ ਰੋਸ ਦੇ ਪਹਿਲਵਾਨ ਨੇ ਜਿਹੜੇ ਯਾਰ ਦਿਖਾ ਰਹੇ ਹੈ ਕਾਰਡ ਦੇ ਵਿੱਚ ਇੱਧਰ ਦੀ ਕੁਸ਼ਤੀ ਬੜੀ ਪਿਆਰੀ ਲੱਗੀ ਹੋਈ ਗੱਲ ਚੱਲਦੀ ਸੀਗੀ ਪਹਿਲਵਾਨਾਂ ਦੀ ਕਹਿੰਦੇ ਪਹਿਲਵਾਨਾਂ ਦੇ ਸੁਆਹ ਜਿਹੜੇ ਸਾਧ ਰੂਪੀ ਹੁੰਦੇ ਨੇ ਇਹ ਅਖਾੜਾ ਸਾਡਾ ਗੁਰੂਆਂ ਪੀਰਾਂ ਦਾ ਚਲਾਇਆ ਹੋਇਆ ਅਖਾੜਾ ਦਰਸ਼ਕੋ ਤਾਂ ਧੰਨ ਧੰਨ ਸੰਤ ਬਾਬਾ ਸਾਜਗੰਨ ਵਾਸੀ ਅਜੀਤ ਸਿੰਘ ਜੀ ਹੰਸਾਰੀ ਦਾ ਮਹਾਂਪੁਰਸ਼ ਪਹਿਲਵਾਨਾਂ ਨੂੰ ਪਿਆਰ ਕਰਦੀ ਸੀ ਬਹੁਤ ਪਿਆਰ ਕਰਦੇ ਸੀ ਜਿਹਨਾਂ ਨੇ ਇੱਕ ਨੀ ਹਜ਼ਾਰਾਂ ਦੰਦਾਂ ਜਿਹੜੇ ਸ਼ੁਰੂ ਕੀਤੇ ਹੈ ਅੱਜ ਉਹਨਾਂ ਦੇ ਓਟ ਆਸਰ ਦੇ ਨਾਲ ਅੱਜ ਆਪਾਂ ਜਿਹੜਾ ਗੰਗਲ ਕਰਵਾ ਰਹੇ ਹੈ ਨਹੀਂ ਦੱਸਾਂ ਸੰਤ ਬਾਬਾ ਬਾਲਕ ਨਾਥ ਜੀ ਬੜੌੜ ਵਾਲੇ ਮਹਾਂਪੁਰਸ਼ ਇਹਨਾਂ ਪਹਿਲਵਾਨਾਂ ਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਪਹਿਲਵਾਨ ਤੇ ਫਕੀਰ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਦਰਸ਼ਕੋ ਪਹਿਲਵਾਨ ਬਣਨ ਦੇ ਲਈ ਸਰੀਰ ਨੂੰ ਸਾਧਣਾ ਪੈਂਦਾ ਫਕੀਰ ਬਣਨ ਦੇ ਲਈ ਵੀ ਸਰੀਰ ਨੂੰ ਸਾਧਣਾ ਪੈਂਦਾ ਇਸ ਕਰਕੇ ਵੱਡੇ ਵੱਡੇ ਮਹਾਂਪੁਰਸ਼ ਇਹਨਾਂ ਪਹਿਲਵਾਨਾਂ ਨੂੰ ਪਿਆਰ ਕਰਦੇ ਹੈ ਅਗਰ ਚੁਣ ਚੁਣ ਕੁਸ਼ਤੀ ਜਿੱਤ ਗਿਆ ਅਗਲੀ ਕੁਸ਼ਤੀ ਅਮਰਿੰਦਰ ਨੁੰਨਾ ਜਥੇਦਾਰ ਕਿਰਪਾਲ ਸਿੰਘ ਜੀ ਸਨਾਲਾ ਸਾਹਿਬ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ ਮੈਂ ਸਮੁੱਚੀ ਸਿੰਧ ਕਮੇਟੀ ਵੱਲੋਂ ਜਥੇਦਾਰ ਕਿਰਪਾਲ ਸਿੰਘ ਜੀ ਸਨਾਲਾ ਸਾਹਿਬ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਆਖਦਾ ਹਾਂ